ਸੁਖਪਾਲ ਸਿੰਘ ਗਹਿਰਾ ਦੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਹੋਈ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਖਹਿਰਾ ਨੂੰ ਲੈ ਕੇ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ। ਖਹਿਰਾ ਦੇ ਅਸਤੀਫੇ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਤੀਲਾ ਤੀਲਾ ਹੋ ਚੁੱਕੀ ਹੈ। ਇਸ ਮੌਕੇ ਤੇ ਵਿਜੇ ਸਾਂਪਲਾ ਅਤੇ ਪਵਨ ਟੀਨੂ ਨੇ ਕਿਹਾ, ਦੇਖੋ ਅਸੀਂ ਤਾਂ ਬਹੁਤ ਦੇਰ ਪਹਿਲਾਂ ਤੋਂ ਕਹਿ ਰਹੇ ਸੀ ਕਿ ਜਦੋਂ ਲੋਕ ਤੁਸੀਂ ਪੱਤਰਕਾਰ ਲੋਕ ਸਾਨੂੰ ਇਹ ਪੁੱਛਦੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਜੇ, ਔਰ ਉਸ ਵੇਲੇ ਵੀ ਅਸੀਂ ਕਿਹਾ ਸੀ ਕਿ ਤੀਲਾ ਤੀਲਾ ਹੁੰਦੀ ਵੀ ਤੁਹਾਨੂੰ ਦਿਖਾਵਾਂਗੇ, ਔਰ ਇਹ ਝਾੜੂ ਅੱਜ ਤੀਲਾ ਤੀਲਾ ਹੋ ਗਿਆ ਔਰ ਲੋਕਾਂ ਨੂੰ ਜਿਹੜੀ ਹੈ ਸਮਝ ਆ ਗਈ। ਇਸ ਤੋਂ ਪਹਿਲਾਂ ਜਿੰਨੇ ਵੀ ਹਾਲੇ ਤੱਕ ਤੁਸੀਂ ਇੱਥੇ ਦੇਖੋ ਕਿ ਜਿੰਨੇ ਵੀ ਉਹਨਾਂ ਦੇ ਲੀਡਰ ਹੈ, ਜਿੰਨੇ ਵੱਡੇ ਲੀਡਰ ਹੈ, ਚਾਹੇ ਉਹ ਕੇਂਦਰੀ ਲੈਵਲ 'ਤੇ ਰਹੇ ਚਾਹੇ ਉਹ ਸੂਬਿਆਂ 'ਚ ਰਹੇ, ਉਹ ਸਾਰੇ ਹੀ ਇਸ ਨੂੰ ਜਿਹੜੀ ਛੱਡ ਕੇ ਚਲੇ ਗਏ, ਕਿਉਂਕਿ ਉਹਨਾਂ ਨੇ ਇਹਨੂੰ ਸਮਝ ਲਿਆ ਕਿ ਸਵਾਏ ਇੱਕ ਕਰਪਸ਼ਨ ਦਾ, ਝੂਠ ਦਾ, ਪਲੰਦੇ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਕੋਈ ਬੇਸ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਲੈਣ ਨਹੀਂ। ਸੋ ਤੁਸੀਂ ਦੇਖਿਆ ਦੋ ਦਿਨ ਪਹਿਲਾਂ ਫੁਲਕਾ ਜੀ ਵੀ ਛੱਡ ਗਏ, ਉਸ ਤੋਂ ਪਹਿਲਾਂ ਜਿਹੜੇ ਬਾਕੀ ਦੇ ਵੀ ਸੀ ਉਹ ਛੱਡ ਛੜਾ ਕੇ ਚਲੇ ਗਏ, ਹੁਣ ਜਿਹੜਾ ਕੋਈ ਮਾੜਾ ਮੋਟਾ ਰਹਿੰਦਾ ਸੀ ਉਹ ਸੁਖਪਾਲ ਸਿੰਘ ਖਹਿਰਾ ਜੀ ਨੇ ਵੀ ਪੂਰੀ ਕਸਰ ਕਰ ਦਿੱਤੀ ਹੈ। ਸੋ ਇਹਦਾ ਕੋਈ, ਜਦੋਂ ਕੋਈ ਪਾਰਟੀ, ਕੋਈ ਸੰਸਥਾ ਬਿਨਾਂ ਆਧਾਰ ਤੋਂ, ਬਿਨਾਂ ਕਿਸੇ ਸਿਸਟਮ ਤੋਂ ਚੱਲੇਗੀ, ਉਹਦਾ ਹਸ਼ਰ ਇਹੀ ਹੋਏਗਾ। ਸੋ ਕਿੰਨੇ ਠੀਕ ਕੀਤਾ, ਗਲਤ ਕੀਤਾ, ਉਹ ਬਾਅਦ ਦੀ ਗੱਲ, ਪਰ ਹਸ਼ਰ ਉਹਦਾ ਇਹ ਹੋਣਾ ਸੀ, ਇਹ ਸਾਨੂੰ ਪਹਿਲਾਂ ਹੀ ਪਤਾ ਸੀ। ਸੁਖਪਾਲ ਸਿੰਘ ਖਹਿਰਾ ਹੁਣ ਆਪਣੀ ਪਾਰਟੀ ਬਣਾਉਣੀ ਜਾ ਰਹੇ, ਕਹਿੰਦੇ ਨਵੀਂ ਪਾਰਟੀ ਨੂੰ ਆਪਾਂ ਇਲੈਕਸ਼ਨ ਲੜਾਂਗੇ, ਸਾਡੇ ਵੱਲੋਂ ਸ਼ੁਭਕਾਮਨਾਵਾਂ, ਅਸੀਂ ਕੌਣ ਹੁੰਦੇ, ਸਾਡੇ ਵੱਲੋਂ ਸ਼ੁਭਕਾਮਨਾਵਾਂ, ਉਹ ਬਣਾਉਣ, ਮਜ਼ਬੂਤ ਪਾਰਟੀ ਬਣਾਉਣ, ਠੀਕ ਹੈ ਨਾ। ਬਾਕੀਆਂ ਨੂੰ ਆਪਣੀ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਰਲ ਕੇ ਢਾਉਣ, ਹੋਰ ਸਾਨੂੰ ਉਹਦੇ 'ਚ ਕੀ ਲੈਣਾ ਦੇਣਾ, ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ, ਸਾਡੀਆਂ ਸ਼ੁਭਕਾਮਨਾਵਾਂ ਔਰ ਦ੍ਰਿੜਤਾ ਨਾਲ ਬਣਾਉਣ। ਦੇਖੋ ਅਗਰ ਤੁਸੀਂ ਆਮ ਆਦਮੀ ਪਾਰਟੀ ਜਦੋਂ ਬਣੀ ਹੈ ਉਦੋਂ ਤੋਂ ਹੁਣ ਤੱਕ ਦੇਖੋ, ਆਮ ਆਦਮੀ ਪਾਰਟੀ ਝੂਠ ਦੇ ਬੇਸ 'ਤੇ ਬਣੀ ਸੀ, ਲੋਕਾਂ ਨੂੰ ਬੜੇ ਆਈਡੀਓਲੋਜੀ ਦੀ ਗੱਲ ਕਰਕੇ, ਕਰਪਸ਼ਨ ਦੀ ਗੱਲ ਕਰਕੇ, ਕਦਰਾਂ ਕੀਮਤਾਂ ਦੀ ਗੱਲ ਕਰਕੇ ਇਹ ਪਾਰਟੀ ਨੂੰ ਬਣਾਇਆ ਗਿਆ, ਔਰ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਦੇਖ ਲਓ ਅਰਵਿੰਦ ਕੇਜਰੀਵਾਲ ਕਿਸੇ ਵੀ ਸਟੈਂਡ 'ਤੇ ਨਹੀਂ ਖੜ੍ਹੇ ਹੋਏ, ਆਪਣੇ ਪੁਰਾਣੇ ਸਾਥੀਆਂ ਨੂੰ ਕੱਢ ਦਿੱਤਾ, ਬਲਕਿ ਬੇਇੱਜ਼ਤ ਕਰਕੇ, ਗੰਦੀ ਸ਼ਬਦਾਵਲੀ ਕਰਕੇ ਕੱਢਿਆ ਗਿਆ ਉਹਨਾਂ ਨੂੰ। ਅਤੇ ਆਮ ਆਦਮੀ ਪਾਰਟੀ ਨੇ ਆਪਣੀ ਸਾਰੀ ਸੋਚ, ਆਈਡੀਓਲੋਜੀ ਝੂਠੀ ਜਿਹੜੀ ਆ ਉਹ ਛੱਡ ਦਿੱਤੀ ਹੈ, ਲੋਕ ਆਮ ਆਦਮੀ ਪਾਰਟੀ ਤੋਂ ਪਿੱਛੇ ਹਟ ਗਏ ਆ, ਕਿਉਂਕਿ ਉਸ ਤੋਂ ਬਾਅਦ ਜਿਹੜੇ ਬਾਈ ਇਲੈਕਸ਼ਨ ਹੋਏ ਆ, ਚਾਹੇ ਉਹ ਪਾਰਲੀਮੈਂਟ ਦੇ ਆ, ਚਾਹੇ ਉਹ ਵਿਧਾਨ ਸਭਾ ਦੇ ਹੋਏ ਆ, ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਚਾਹੇ ਪੰਚਾਇਤੀ ਚੋਣਾਂ ਹੋਈਆਂ, ਮਤਲਬ ਡੱਬੇ ਖਾਲੀ ਕਰਤੇ ਪਬਲਿਕ ਨੇ ਪੰਜਾਬ ਦੀ ਨੇ ਆਮ ਆਦਮੀ ਪਾਰਟੀ ਦੇ। ਸੋ ਥੱਲਿਓਂ ਬੇਸ ਨਿਕਲ ਗਿਆ, ਇਸ ਕਰਕੇ ਹੁਣ ਚਾਹੇ ਉਹ ਫੂਲਕਾ ਸਾਹਿਬ ਦੀ ਗੱਲ ਕਰ ਲਈਏ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ, ਹੁਣ ਡੁੱਬਦੀ ਕਿਸ਼ਤੀ ਵਿੱਚੋਂ ਛਾਲਾਂ ਮਾਰ ਰਹੇ ਆ। ਅਤੇ ਸੁਖਪਾਲ ਸਿੰਘ ਖਹਿਰਾ ਦਾ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ, ਉਹ ਜ਼ਿਆਦਾ ਦੇਰ ਤੱਕ ਕਿਤੇ ਕੱਢਦੇ ਨਹੀਂ, ਆ 2 ਸਾਲ ਕੱਢ ਗਏ ਆਮ ਆਦਮੀ ਪਾਰਟੀ 'ਚ, ਬੜੀ ਵੱਡੀ ਗੱਲ ਆ। ਅਦਰਵਾਈਜ਼ ਤਾਂ ਉਹ ਅਲੱਗ ਅਲੱਗ ਇੱਦਾਂ ਦਾ ਟੇਸਟ ਦੇਖਦੇ ਰਹਿੰਦੇ ਆ। ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ, ਇਹ ਕੋਈ ਨਵੀਂ ਗੱਲ ਹੀ, ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ, ਇਹ ਜ਼ਿੰਮੇਵਾਰੀ ਤੋਂ ਭੱਜੇ ਆ ਲੋਕਾਂ ਨੇ, ਭਲੱਥ ਦੇ ਲੋਕਾਂ ਨੇ ਬੜੀ ਇਮਾਨਦਾਰੀ ਨਾਲ, ਬੜੀ ਉਮੀਦ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ MLA ਬਣਾਇਆ ਕਿ ਤਾਂ ਕਿ ਉਹ ਲੋਕਾਂ ਦੀਆਂ ਉੱਥੇ ਹਲਕੇ ਦੀਆਂ ਮੁਸ਼ਕਲਾਂ ਨੂੰ ਦੇਖਣਗੇ, ਉਹਨਾਂ ਦਾ ਹੱਲ ਕੱਢਣਗੇ। ਲੇਕਿਨ ਉਹ ਹੱਲ ਕੱਢਣ ਦੀ ਬਜਾਏ ਉਹ ਆਪਣੀ ਜ਼ਿੰਮੇਵਾਰੀ ਤੋਂ ਦੌੜ ਗਏ ਆ, ਲੋਕ ਇਹ ਸਭ ਕੁਝ ਵੇਖ ਰਹੇ ਆ, ਆਮ ਆਦਮੀ ਪਾਰਟੀ ਵੀ ਦੌੜ ਗਈ ਆਪਣੇ ਸਟੈਂਡ ਤੋਂ, ਅਤੇ ਸੁਖਪਾਲ ਸਿੰਘ ਖਹਿਰਾ ਵੀ ਛਾਲ ਮਾਰ ਗਿਆ।